हाँ जी सत श्री अकाल, अज अं आए हाँ सुल्तानपुर लोधी गुरद्वारा श्री बेर साहब। आज थानू भी दर्शन कराइए। किन्ना 353 नंबर जी। बाकी अंदर जाके बनाने आपां। लो जी गुरुद्वारा श्री बेर साहिब, चलने अंदर आपां। मेरे वाले तो पहले भजी जाते मोहे मोरे। कौन उधरली साइड आया? चल फड़ मछियां भी है उधर। किड़ा हेठ भज गई मछियां। चलो भी हूँ आप अंदर मत्था टेक आईए। चला दो भाई अंदर मत्था टेकन चलते हूँ आप। बैक साइड है गुरुद्वारे की। अंदर कहते वीडियो बना चलो मत्था टेक लिया अंदर फिर बनाने अगे। संगत बैठी थी अंदरली साइड। पाठ चल रहा है हाँ। संगत आ रही इधरों सारी। बैठ के पा के बाहर हूँ चलाओ तुम बेरी साहब दर्शन कराइए। हम निशान साहब अंदर तो दर्शन कर ले। अपना थोड़ा वधिया व्यू दिना तुहानू कुछ बेरी साहब काफी वड्डी है। अज से अंदर मत्था टेकी दे अपना बेरी साहब। चलो आज प्रसाद ले लिए हुण। फड़ ली लो भी चले आप फाइनल इधर जिथे बहने होने आप। आजो साडा टिकाणा बहन आला। हाँ गुरुद्वारे की बैक साइड ते मेई वाली जगह अहीं जिथे आके बहने होने। ओ चलिए उधर लो जी वो किश्ती भी है उत्थे। आयो चलाइए
ਬਹੁਤ ਵਧੀਆ ਜਗ੍ਹਾ ਇੱਥੋਂ ਨਜ਼ਾਰਾ ਵੱਜ ਜਾਂਦਾ ਦੇਖ ਚਲ ਆਹ ਆ ਗਏ ਹਾਂ ਇਹਦੀ ਦੂਜੀ ਸਾਈਡ ਆ ਉਹ ਸੜਕ ਬਣੀ ਉਹ ਬੰਦੇ ਰੱਖੇ ਹੋਏ ਆ ਉਹ ਜਿਹੜੇ ਰੋੜਾ ਪਾਉਂਦੇ ਨੇ ਲੈਣ ਬਣਾ ਕੇ ਉਹ ਦੇਖੋ ਕੀ ਆ ਉੱਥੇ ਆ ਕਮੈਂਟ ਕਰਕੇ ਦੱਸਿਓ ਕੀ ਆ ਆਹ ਦੇਖੋ ਕੀ ਆ ਫੋਟੋ ਖਿੱਚ ਕੇ ਪਾਉਣਾ ਤੁਹਾਨੂੰ ਰੋਜ਼ ਦੇਖੋ ਕਿੰਨਾ ਸਿਰ ਆਹ ਕਾਹਦਾ ਰੁੱਖ ਵਾ ਯਾਰ ਪੱਤਿਆਂ ਵਾਲਾ ਰੁੱਖ ਸਿਰੇ ਆ ਨਾ ਸਿਰੇ ਚਲੋ ਆਜੋ ਬਤਕੰਦ ਖੋਨੇ ਤੁਹਾਨੂੰ ਆਹ ਦੇਖੋ ਸਿਕਿਉਰਿਟੀ ਗਾਰਡ ਵਿਊ ਦੇਖੋ ਵਿਊ ਸਹੀ ਹੈ ਨਾ ਹੈਗੀ ਗੱਲਬਾਤ ਕੀ ਕਹਿੰਦੇ ਹੁੰਦੇ ਇਹਨਾਂ ਨੇ ਬਤਕਾਂ ਬਤਕਾਂ ਦੇਖੋ ਬਤਕਾਂ ਉਹ ਕੰਮ 'ਚ ਨਹੀਂ ਵਰਤੋਣੀ ਉਹ ਇੱਕ ਆ ਕੋਲ ਹੀ ਬੈਠਾ ਲਿਆ ਹੈਂ ਲਿਆ ਹੁਣ ਦੇਖਦੇ ਹਾਂ ਖਤਰੋਂ ਕਾ ਖਿਲਾੜੀ ਹੋਰ ਢਾਇਆ ਹੋਵੇ ਤੈਨੂੰ ਇੱਥੇ ਤਿੰਨਾ ਉਹ ਤੁਰਪੀਆਂ ਤੂੰ ਹੀ ਤੁਰਪਾ ਨਾਲ ਇਹਨਾਂ ਦੇ ਲਾ ਲਾ ਇੰਨੇ ਲਾ ਲਾ ਜਿਹੜੀ ਖੜੀ ਤੁਰਦੀਆਂ ਕਿੱਦਾਂ ਨਾ ਸੇਮ ਸੇਮ ਖੰਭ ਕਿੰਨੇ ਉੜੇ ਇਹਦੇ ਇੱਥੇ ਪਏ ਸੀ ਖੰਭ ਜਿਹੜੇ ਉੜ ਗਏ ਵਿਚੋਂ ਉੱਥੇ ਉਹਦੇ ਉਹ ਇੱਕ ਛੋਟੀ ਦੇਖੋ ਛੋਟੀ ਬਤਕ ਦਿਖਾਵਾਂ ਤੁਹਾਨੂੰ ਉਹ ਉਹਦੇ ਪਰਲੇ ਬੰਨੇ ਉਹ ਕੀ ਬਤਕ ਆ ਬਈ ਮੁਰਗਾਬੀ ਪਤਾ ਨੀ ਮੁਰਗਾਹੀ ਕੀ ਹੁੰਦਾ ਹੈ ਮੁਰਗਾਬੀ ਦੀ ਜੁੱਤੀ ਹੁੰਦੀ ਹੈ ਮੁਰਗਾਬੀ ਥੋੜੀ ਹੁੰਦੀ ਜੁੱਤੀ ਗਰਗਾਬੀ ਚਲੋ ਵੀ ਵਧੀਆ ਲੱਗਾ ਸਹੀ ਆ ਵਿਊ ਦੇਖੋ ਬਾਈ ਇੱਧਰੋਂ ਹਾਂ 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 ਉਹਨਾਂ ਨੇ ਯਾਰ ਇੱਧਰ ਦਿਖਾਉਣਾ ਤੁਹਾਨੂੰ ਸਿਰੇ ਆ ਸਿਰੇ ਗੱਲਬਾਤ ਰੂਹ ਠਰਦੀ ਕਿ ਨਹੀਂ ਦੇਖ ਕੇ ਦੇਖੋ ਹੋਰ ਸੈਂਟਰ 'ਤੇ ਚੱਲਦੇ ਹੋਰ ਸੈਂਟਰ ਇੱਥੋਂ ਦੇਖੋ ਬ੍ਰਾਈਟਨੈਸ ਘੱਟ ਆ ਫੁੱਲ ਹੀ ਆ ਨਜ਼ਾਰਾ ਕਿ ਨਹੀਂ